ਸਪਾ ਸੈਂਟਰ ਅਤੇ ਮਸਾਜ ਸੈਂਟਰ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਵੱਲੋਂ ਹੁਣ ਹੁਕਮ ਜਾਰੀ ਕੀਤੇ ਗਏ ਨੇ। ਦੱਸ ਦਈਏ ਕਿ ਹੁਣ ਸਪਾ ਸੈਂਟਰਾਂ ਤੇ ਮਸਾਜ ਸੈਂਟਰਾਂ ਦੇ ਲਈ ਨਵੇਂ ਹੁਕਮ ਜਾਰੀ ਹੋਏ ਨੇ, ਜਿਸ ਦੇ ਵਿੱਚ ਕਿਹਾ ਗਿਆ ਕਿ ਰਿਸੈਪਸ਼ਨ ਤੇ ਲੱਗੇ ਸੀਸੀਟੀਵੀ ਕੈਮਰੇ ਜ਼ਰੂਰ ਹੋਣੇ ਚਾਹੀਦੇ ਨੇ ਅਤੇ ਹਰ ਆਉਣ ਜਾਣ ਵਾਲੇ ਸਪਾ ਸੈਂਟਰ ਅਤੇ ਮਸਾਜ ਸੈਂਟਰ ਦੇ ਰਸਤੇ ਦੇ ਵਿੱਚ ਵੀ ਸੀਸੀਟੀਵੀ ਲੱਗੇ ਹੋਣੇ ਚਾਹੀਦੇ ਨੇ। ਤਾਂ ਦੱਸ ਦਈਏ ਕਿ ਇਹ ਹੁਕਮ ਡਿਪਟੀ ਕਮਿਸ਼ਨਰ ਦੇ ਵੱਲੋਂ ਜੋ ਸਪਾ ਸੈਂਟਰ ਅਤੇ ਮਸਾਜ ਸੈਂਟਰਾਂ ਦੇ ਮਾਲਕ ਨੇ ਉਹਨਾਂ ਨੂੰ ਦਿੱਤੇ ਗਏ ਨੇ। ਪਹਿਲਾਂ ਤਾਂ ਕਿਹਾ ਗਿਆ ਕਿ ਰਿਸੈਪਸ਼ਨ ਦੇ ਉੱਤੇ ਸੀਸੀਟੀਵੀ ਲੱਗੇ ਹੋਣੇ ਚਾਹੀਦੇ ਨੇ ਤੇ ਇਸ ਦੇ ਨਾਲ ਹੀ ਸਪਾ ਸੈਂਟਰ ਦੇ ਅੰਦਰ ਅਤੇ ਬਾਹਰ ਆਉਣ ਜਾਣ ਵਾਲੇ ਹਰ ਰਸਤੇ ਦੇ ਉੱਤੇ ਸੀਸੀਟੀਵੀ ਲੱਗੇ ਹੋਣੇ ਲਾਜ਼ਮੀ ਨੇ। ਤਾਂ ਦੱਸ ਦਈਏ ਕਿ ਸੀਸੀਟੀਵੀ ਦਾ 30 ਦਿਨ ਦਾ ਬੈਕਅਪ ਵੀ ਉਹਨਾਂ ਦੇ ਕੋਲ ਰੱਖਿਆ ਹੋਣਾ ਚਾਹੀਦਾ। ਹਰ ਗ੍ਰਾਹਕ ਦਾ ਫੋਟੋ ਆਈਡੀ ਕਾਰਡ ਲਿਆ ਜ਼ਰੂਰੀ ਹੋਣਾ ਚਾਹੀਦਾ। ਜਦੋਂ ਵੀ ਕੋਈ ਸਪਾ ਸੈਂਟਰ ਜਾਂ ਮਸਾਜ ਸੈਂਟਰ 'ਤੇ ਆਵੇ ਤਾਂ ਉਸਦੇ ਲਈ ਕਿਹਾ ਗਿਆ ਕਿ ਫੋਟੋ ਆਈਡੀ ਕਾਰਡ, ਚਾਹੇ ਉਹ ਆਧਾਰ ਕਾਰਡ ਹੋਵੇ ਜਾਂ ਫਿਰ ਕੋਈ ਹੋਰ ਜਿਸ ਦੇ ਉੱਤੇ ਗ੍ਰਾਹਕ ਦੀ ਫੋਟੋ ਲੱਗੀ ਹੋਵੇਗੀ, ਉਹ ਆਈਡੀ ਕਾਰਡ ਜ਼ਰੂਰ ਲਿਆ ਜਾਵੇ। ਅਤੇ ਨਾਲ ਹੀ ਕਿਹਾ ਕਿ ਜੋ ਉਹਨਾਂ ਨੇ ਆਪਣੇ ਮੁਲਾਜ਼ਮ ਰੱਖੇ ਹੋਏ ਨੇ ਉਸਦੀ ਵੀ ਪੁਲਿਸ ਦੇ ਕੋਲ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ। ਤਾਂ ਦੱਸ ਦਈਏ ਕਿ ਸਪਾ ਸੈਂਟਰ ਦੇ ਅੰਦਰ ਜਾਣ ਦੇ ਲਈ ਕੋਈ ਵੀ ਗੁਪਤ ਰਸਤਾ ਨਹੀਂ ਹੋਣਾ ਚਾਹੀਦਾ, ਨਾ ਹੀ ਸਪਾ ਸੈਂਟਰ ਦੇ ਵਿੱਚ ਸ਼ਰਾਬ ਅਤੇ ਨਸ਼ੇ ਦਾ ਸੇਵਨ ਕਰਨਾ ਚਾਹੀਦਾ। ਤਾਂ ਦੱਸ ਦਈਏ ਕਿ ਨਵੇਂ ਹੁਕਮ ਜੋ ਨੇ ਜਾਰੀ ਕੀਤੇ ਗਏ ਨੇ, ਜੇਕਰ ਇਹਨਾਂ ਹੁਕਮਾਂ ਦੀ ਕੋਈ ਉਲੰਘਣਾ ਕਰਦਾ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਜਾਣਗੇ। ਤਾਂ ਦੱਸ ਦਈਏ ਕਿ ਆਪਣੇ ਮੁਲਾਜ਼ਮਾਂ ਦੀ ਸੂਚੀ ਵੀ ਤੁਰੰਤ ਨੇੜਲੇ ਥਾਣਿਆਂ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਤਾਂ ਸਪਾ ਸੈਂਟਰਾਂ ਦੇ ਮਾਲਕਾਂ ਨੂੰ ਇਹ ਹੁਕਮ ਨਵੇਂ ਜਾਰੀ ਕੀਤੇ ਗਏ ਨੇ, ਲੁਧਿਆਣਾ ਦੇ DC ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ। ਤਾਂ ਸਪਾ ਸੈਂਟਰ ਅਤੇ ਮਸਾਜ ਸੈਂਟਰ ਜਿੱਥੇ ਕਿ ਕਈ ਵਾਰ ਕੋਈ ਘਟਨਾ ਅਣਸੁਖਾ ਵੀ ਨਾ ਵਾਪਰੇ, ਤਾਂ ਅਜਿਹੇ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਹੁਣ ਨਵੇਂ ਹੁਕਮ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ ਕਿਹਾ ਗਿਆ ਕਿ 30 ਦਿਨ ਦਾ ਬੈਕਅਪ ਸੀਸੀਟੀਵੀ ਦਾ ਹੋਣਾ ਚਾਹੀਦਾ ਹੈ। ਹਰ ਆਉਣ ਜਾਣ ਵਾਲੇ ਰਸਤੇ ਦੇ ਉੱਤੇ ਸੀਸੀਟੀਵੀ ਲੱਗੇ ਹੋਣੇ ਚਾਹੀਦੇ ਨੇ। ਸਪਾ ਸੈਂਟਰ ਅਤੇ ਮਸਾਜ ਸੈਂਟਰ ਦੇ ਵਿੱਚ ਕੋਈ ਅੰਦਰ ਅਤੇ ਬਾਹਰ ਜਾਣ ਦੇ ਲਈ ਗੁਪਤ ਰਸਤਾ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਸਪਾ ਸੈਂਟਰ ਅਤੇ ਮਸਾਜ ਸੈਂਟਰ ਦੇ ਵਿੱਚ ਬੈਠ ਕੇ ਨਸ਼ੇ ਦਾ ਜਾਂ ਫਿਰ ਸ਼ਰਾਬ ਦਾ ਸੇਵਨ ਕਰੇਗਾ। ਅਤੇ ਇਸ ਦੇ ਨਾਲ ਹੀ ਜੋ ਸਪਾ ਸੈਂਟਰ ਅਤੇ ਮਸਾਜ ਸੈਂਟਰ ਦੇ ਵਿੱਚ ਉਹਨਾਂ ਨੇ ਮੁਲਾਜ਼ਮ ਰੱਖੇ ਨੇ ਉਸਦੀ ਪੁਲਿਸ ਦੇ ਕੋਲ ਸੂਚੀ ਹੋਣੀ ਚਾਹੀਦੀ ਹੈ, ਬਕਾਇਦਾ ਉਹਨਾਂ ਦੀ ਵੈਰੀਫਿਕੇਸ਼ਨ ਵੀ ਪੁਲਿਸ ਦੇ ਕੋਲ ਕੀਤੀ ਜਾਣੀ ਜ਼ਰੂਰੀ ਹੋਵੇਗੀ। ਅਤੇ ਇਸ ਦੇ ਨਾਲ ਹੀ ਕਿਹਾ ਗਿਆ ਕਿ ਜੇਕਰ ਕੋਈ ਗ੍ਰਾਹਕ ਆਉਂਦਾ ਤਾਂ ਉਸਦਾ ਫੋਟੋ ਆਈਡੀ ਕਾਰਡ ਲਿਆ ਜਾਣਾ ਜ਼ਰੂਰੀ ਹੈ। ਤਾਂ ਇਹ ਨਵੇਂ ਹੁਕਮ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਸਪਾ ਸੈਂਟਰ ਅਤੇ ਮਸਾਜ ਸੈਂਟਰਾਂ ਦੇ ਮਾਲਕਾਂ ਨੂੰ ਦਿੱਤੇ ਗਏ ਨੇ।